ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਆਪਾਂ ਆਟੇ ਤੇ ਗੂੰਦਾਂ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ। ਬਹੁਤ ਵਧੀਆ ਬਣ ਕੇ ਤਿਆਰ ਹੋਊਗੀਆਂ। ਸਰਦੀ ਦੇ ਮੌਸਮ ਦੇ ਵਿੱਚ ਇਹ ਸਾਨੂੰ ਠੰਡ ਤੋਂ ਵੀ ਬਚਾ ਕੇ ਰੱਖੂਗੀਆਂ ਤੇ ਸਾਡੇ ਸਰੀਰ ਨੂੰ ਵੀ ਤਾਕਤ ਦਊਗੀਆਂ। ਇਹਨਾਂ ਨੂੰ ਬਣਾਉਣ ਵਾਸਤੇ 2 ਕੌਲੀਆਂ ਆਟਾ ਲਿਆ ਆ, ਅੱਧੀ ਕੌਲੀ ਬੇਸਣ ਲਿਆ। ਇਹ ਮੋਟੇ ਵਾਲਾ ਬੇਸਣ ਆ। ਬੇਸਣ ਪਾਉਣ ਦੇ ਨਾਲ ਪਿੰਨੀਆਂ ਦਾ ਜਿਹੜਾ ਸਵਾਦ ਆ ਉਹ ਬਹੁਤ ਵਧੀਆ ਆਊਗਾ। ਜੇ ਮੋਟਾ ਬੇਸਣ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਫਿਰ ਇਕੱਲੇ ਆਟੇ ਦੀਆਂ ਬਣਾ ਕੇ ਵੀ ਤਿਆਰ ਕਰ ਸਕਦੇ ਹੋ। 1 ਚਮਚਾ ਸੋਂਡ ਲਈ ਆ। ਸੋਂਡ ਜਾਣੀ ਕਿ ਜਿਹੜਾ ਅਦਰਕ ਸੁੱਕਿਆ ਹੋਇਆ ਉਹਦਾ ਜਿਹੜਾ ਪਾਊਡਰ ਆ ਉਹ ਲਿਆ ਆ। 1 ਕੌਲੀ ਤੋਂ ਘੱਟ ਦੇਸੀ ਘਿਓ ਲਿਆ ਆ। ਬਹੁਤ ਘੱਟ ਘਿਓ ਦਾ ਇਹਦੇ ਵਿੱਚ ਆਪਾਂ ਇਸਤੇਮਾਲ ਕਰਨਾ ਆ। ਬਾਕੀ ਜੇ ਤੁਸੀਂ ਘਿਓ ਥੋੜ੍ਹਾ ਜਿਹਾ ਹੋਰ ਜ਼ਿਆਦਾ ਪਾਉਣਾ ਚਾਹੋ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ। ਜਿੰਨਾ ਆਟਾ ਲਿਆ ਆ ਓਨਾ ਹੀ ਆਪਾਂ ਗੁੜ ਲਿਆ, 2 ਕੌਲੀਆਂ ਗੁੜ ਜਿਹੜਾ ਤੋੜ ਕੇ ਲੈ ਲਿਆ। 75 ਗ੍ਰਾਮ ਗੂੰਦਾਂ ਲਈਆਂ ਆ। ਇਹ 4 ਗੂੰਦਾਂ ਜਿਹੜੀਆਂ ਆ ਆਹ ਦੇਖੋ ਇਸ ਤਰੀਕੇ ਦੀਆਂ ਹੁੰਦੀਆਂ ਆ। ਪੰਸਾਰੀ ਦੀ ਦੁਕਾਨ ਤੋਂ ਇਹ ਮਿਲ ਜਾਂਦੀਆਂ ਆ। ਦੇਖਣ ਦੇ ਵਿੱਚ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਚਮਕ ਹੁੰਦੀ ਆ, ਇਹ ਤੁਸੀਂ ਉੱਥੋਂ ਲੈ ਸਕਦੇ ਹੋ। 50 ਗ੍ਰਾਮ ਬਦਾਮ ਆ, 50 ਗ੍ਰਾਮ ਕਾਜੂ ਆ। ਇਸ ਤੋਂ ਇਲਾਵਾ ਜੇ ਤੁਸੀਂ ਹੋਰ ਕੋਈ ਡਰਾਈ ਫਰੂਟਸ ਇਹਨਾਂ ਦੇ ਵਿੱਚ ਪਾਉਣੇ ਚਾਹੋ ਤਾਂ ਆਪਣੀ ਪਸੰਦ ਦੇ ਉਹ ਵੀ ਪਾ ਕੇ ਇਹਨਾਂ ਨੂੰ ਬਣਾ ਸਕਦੇ ਹੋ। 2 ਚਮਚੇ ਕੜਾਈ ਦੇ ਵਿੱਚ ਘਿਓ ਪਾ ਦਾਂਗੇ। ਗਰਮ ਘਿਓ ਦੇ ਵਿੱਚ ਅੱਧੀਆਂ ਗੂੰਦਾਂ ਆਪਾਂ ਪਹਿਲਾਂ ਪਾ ਲੈਣੀਆਂ। 2 ਵਾਰੀ ਕਰਕੇ ਇਹਨੂੰ ਫਰਾਈ ਕਰਾਂਗੇ। ਸੇਕ ਨਹੀਂ ਜ਼ਿਆਦਾ ਤੇਜ਼ ਕਰਨਾ, ਇਸ ਚੀਜ਼ ਦਾ ਧਿਆਨ ਰੱਖਣਾ, ਨਹੀਂ ਤਾਂ ਗੂੰਦਾ ਉੱਪਰੋਂ ਤਾਂ ਲੱਗੂਗਾ ਸਾਨੂੰ ਕਿ ਫੁੱਲ ਗਈਆਂ ਪਰ ਅੰਦਰੋਂ ਫਿਰ ਕੱਚੀਆਂ ਰਹਿ ਜਾਊਗੀਆਂ। ਇਹਨੂੰ ਪਲੇਟ 'ਚ ਕੱਢ ਲੈਣਾ ਹੁਣ। ਬਾਕੀ ਦੀਆਂ ਵੀ ਆਪਾਂ ਫਰਾਈ ਕਰ ਲਾਂਗੇ। ਹੋ ਗਈਆਂ ਫਰਾਈ, ਇਹਨਾਂ ਨੂੰ ਵੀ ਕੱਢ ਲਾਂਗੇ ਪਲੇਟ 'ਚ। ਇੱਕ ਚਮਚਾ ਘਿਓ ਦਾ ਪਾ ਲਾਂਗੇ। ਬਦਾਮ ਪਾ ਲਾਂਗੇ। ਥੋੜ੍ਹਾ ਜਿਹਾ ਆਪਾਂ ਫਰਾਈ ਕਰਕੇ ਜਦੋਂ ਡਰਾਈ ਫਰੂਟਸ ਪਾਉਂਦੇ ਹਾਂ, ਡਰਾਈ ਫਰੂਟਸ ਦਾ ਫਿਰ ਜਿਹੜਾ ਸਵਾਦ ਆ ਜ਼ਿਆਦਾ ਵਧੀਆ ਹੋ ਜਾਂਦਾ, ਥੋੜ੍ਹਾ ਜਿਹਾ ਕੁਰਕਰਾਪਨ ਆ ਜਾਂਦਾ ਇਹਨਾਂ ਦੇ ਵਿੱਚ। ਕਾਜੂ ਵੀ ਕਰ ਲਾਂਗੇ ਥੋੜ੍ਹੇ ਜਿਹੇ ਫਰਾਈ। ਕਾਜੂ ਵੀ ਹੋ ਗਏ ਫਰਾਈ। ਜ਼ਿਆਦਾ ਰੰਗ ਨਹੀਂ ਬਦਲਣਾ ਕਾਜੂਆਂ ਦਾ, ਬਸ ਇੱਦਾਂ ਹਲਕਾ ਜਿਹਾ ਰੰਗ ਦੇਖੋ ਬਦਲਿਆ ਜਾਣਾ ਚਾਹੀਦਾ। ਬਾਕੀ ਰਹਿੰਦਾ ਘਿਓ ਵੀ ਆਪਾਂ ਪਾ ਦੇਣਾ ਹੈ। ਘਿਓ ਨੂੰ ਗਰਮ ਕਰਕੇ ਪਹਿਲਾਂ ਆਪਾਂ ਬੇਸਣ ਭੁੰਨਣਾ ਹੈ। ਸੇਕ ਘੱਟ ਰੱਖਣਾ ਆ, ਘੱਟ ਸੇਕ ਦੇ ਉੱਤੇ ਬੇਸਣ ਭੁੰਨਾਂਗੇ। ਬੇਸਣ ਜਦੋਂ ਆਪਾਂ ਘਿਓ ਦੇ ਵਿੱਚ ਪਾਉਂਦੇ ਹਾਂ ਤਾਂ ਬੇਸਣ ਇਹਦਾ ਫੁੱਲਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਜੇ ਆਟੇ ਦੇ ਨਾਲ ਹੀ ਆਪਾਂ ਬੇਸਣ ਭੁੰਨਾਂਗੇ ਫਿਰ ਬੇਸਣ 'ਚ ਕੱਚਾਪਨ ਰਹਿ ਜਾਂਦਾ। ਸੁੰਡ ਵੀ ਪਾ ਦੇਣੀ ਹੈ। ਬੇਸਣ ਦਾ ਰੰਗ ਦੇਖੋ ਥੋੜ੍ਹਾ ਜਿਹਾ ਬਦਲ ਗਿਆ, ਹੁਣ ਇਹ 'ਚ ਆਟਾ ਪਾ ਲੈਣਾ ਹੈ।
आटे नू जदों भुनना है लगातार इनू हिलाना है। देखो इन्ना घ्यो जिहड़ा है बिल्कुल सही है, ज्यादा घ्यो पावांगे फिर वो ज्यादा घ्यो वाली पिन्नी बन जाती है, बाकी थोड़ा बहुत जे घट लगे तो एक अद्धा चमचा तुसी पा लेना है। नाल दी नाल आटे नू इदां थोड़े दबदे भी रहना ताकि कोई डली चिड़ी आटे दे विच ना रहे। आटा भुन के तैयार आ, 15 तो 20 मिनट लगे आटे नू भुनन लगे। देखो सेक घट रखिया सी ते घट सेक ते आपां आटे नू भुनिया आ, थोड़ी जी मैं सौगी लई आ ये आपां पा देंगे ताकि फिर आटे दे विच ही भुनी जाऊगी क्योंकि आटा हले गर्म आ। देखो जां तां आटे नू भुन के तुसीं थाल दे विच अलग कढ लैणा आ, जे नहीं कढणा तां फिर इहनू 2-3 मिनट लई इदां हिलांदे रहना आ ताकि कढ़ाई दे विच जिहड़ा आटा थले ना लगे। गैस आपां बंद कर दे, बूंदा जिहड़ियां आ इहनां नू आपां थोड़ा क्रश कर लैणा कौली दी बैक साइड तों। गूंदा देखो जिहड़ियां आपां कर लईआं इदां क्रश, जे तां चंगी तरहां इह तलियां हो गईआं फिर तां इह हो चुकीआं, जे नहीं हो गईआं अंदरों कच्चियां रह गईआं हो गईआं फिर इहनां ने इदां पाउडर नहीं बनना। काजू ते बादाम इहनां नूं भी मिक्सी दे विच पा के दरदरा आपां पीस लैणा आ। काजू ते बादाम नूं दरदरा आपां पीस लिआ, इन्हां नूं आपां आटे च मिला देना। हुण गुड़ दी चाणी बना के तैयार कर रहे हैं। फ्राई पैन दे विच गुड़ पा देना है, 2 कौलियां गुड़ सी 1 कौली आपां पानी पाउणा है। गुड़ दी आपां कोई एक तार दी चाणी नहीं बनानी, गुड़ नूं आपां पिघला के बस हल्का जिहा जदों चिपकणा शुरू हो जाऊगा गुड़ इन्ना कु गुड़ नूं असीं पकाउणा है। गुड़ दी जगह ते तुसीं देसी बूरा खंड भी पा सकते हो, ते जे तुसीं देसी बूरा खंड पानी है वह भी चाहे तुसीं इदां चाणी बना के पा लो जां फिर गरम गरम आटे दे विच उहनूं मिला लैणा है। गुड़ पिघल गया, हुण गुड़ नूं आपां थोड़ा जिहा पकाउणा है। 4-5 मिनट तक गुड़ नूं आपां पका लिया, हुण इहनूं थोड़ा जिहा आपां चैक कर लैणा ठंडा कर लाँगे, पहलां ठंडा करके फिर चेक करना है। आ देखो एक हल्की जी इहदे चों तार निकलनी शुरू हो गई आ, बस इस तो ज़्यादा असी गुड़ नूं नहीं पकाना। जे तुसी ज़्यादा गुड़ नूं पका लिया पिनियां जिहड़ियां तुहाडियां पहलां जदों बनूगियां उदों नरम रहूगियां पर थोड़ी देर बाद ही फिर वो सख्त हो जाऊगियां। गैस बंद करती चाणी नूं आटे च मिला लैणा है। गुड़ नूं असीं छाण के पाना है, नाल दी नाल मलाई भी जाना। आटा ज़्यादा ठंडा सी ते गुड़ दा जिहड़ी चाणी आ ओह गरम, फिर पिन्नियां जिहड़ियां आराम नाल बटीआं जाऊगियां। जे दोनों चीज़ां गर्म होगियां फिर थोड़ा जिहा फिर दोनों चीज़ां नूं सानूं ठंडा करन दे टाइम लग जांदा क्योंकि गुड़ नूं असीं ज़्यादा ठंडा नहीं करना, ठंडा हो गया तो फिर गुड़ ने जमना शुरू हो जाणा है। जिन्नी कु वड्डी तुसीं बनाउणी पिन्नी उहदे हिसाब नाल बना लैणी। ਇੰਨੀ ਹਲੇ ਥੋੜ੍ਹੀ ਦੇਖਣ 'ਚ ਨਰਮ ਲੱਗਦੀ ਆ ਫਿਰ ਇਹਨੇ ਥੋੜ੍ਹੀ ਹੋਰ ਸਖਤ ਹੋ ਜਾਣਾ ਬਾਅਦ 'ਚ ਜਦੋਂ ਠੰਡੀ ਹੋਊਗੀ।
ਪਹਿਲਾਂ ਦੇਖੋ ਜਦੋਂ ਆਪਾਂ ਪਿੰਨੀਆਂ ਬਣਾਉਂਦੇ ਸੀ, ਜਦੋਂ ਗੁੜ ਪਾ ਦੀ ਚਾਣੀ ਪਾਈ ਸੀ, ਇੱਕਦਮ ਨਰਮ ਲੱਗਦਾ ਸੀ। ਹੋਰ ਜਦੋਂ ਚਾਣੀ ਠੰਡੀ ਹੋ ਜਾਂਦੀ ਆ, ਫਿਰ ਇਸ ਤਰੀਕੇ ਦੇ ਨਾਲ ਥੋੜ੍ਹਾ ਜਿਹਾ ਸਖਤ ਹੋਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਨਾਲ ਦੀ ਨਾਲ ਹੀ ਪਿੰਨੀਆਂ ਜਿਹੜੀਆਂ ਆ ਵੱਟਣੀਆਂ ਆ। ਪਿੰਨੀਆਂ ਵੱਟੀਆਂ ਗਈਆਂ ਆਪਣੀਆਂ। ਪਿੰਨੀਆਂ ਬਣ ਕੇ ਤਿਆਰ ਆ, ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈਆਂ ਆ, ਇੱਕਦਮ ਨਰਮ ਬਣੀਆਂ ਆ, ਅਤੇ ਇਹ ਇੱਕਦਮ ਇੱਦਾਂ ਨਰਮ ਹੀ ਰਹੂਗੀਆਂ, ਕਿਉਂਕਿ ਇਹਦੇ ਵਿੱਚ ਜਿਹੜੀ ਆਪਾਂ ਗੁੜ ਦੀ ਚਾਣੀ ਪਾਈ ਆ ਉਹਦੀ ਕੋਈ ਤਾਰ ਨਹੀਂ ਬਣਾਈ। ਜੇ ਆਪਾਂ ਤਾਰ ਬਣਾ ਦਈਏ ਚਾਣੀ ਦੀ, ਤਾਂ ਗੁੜ ਜਿਹੜਾ ਆ ਠੰਡਾ ਹੋਣ ਤੋਂ ਬਾਅਦ ਜੰਮਣਾ ਸ਼ੁਰੂ ਹੋ ਜਾਂਦਾ ਆ, ਅਤੇ ਪਿੰਨੀਆਂ ਜਦੋਂ ਤੁਸੀਂ ਵੱਟਣੀਆਂ ਨੇ ਪਹਿਲਾਂ ਤੁਹਾਨੂੰ ਨਰਮ ਲੱਗਣੀਆਂ, ਪਰ ਜਦੋਂ ਤੁਸੀਂ ਸ਼ਾਮ ਤੱਕ ਉਹਨਾਂ ਨੂੰ ਦੇਖਣਾ ਆ ਤਾਂ ਇੱਕਦਮ ਸਖਤ ਹੋ ਜਾਣੀਆਂ, ਫਿਰ ਟੁੱਟਣੀਆਂ ਵੀ ਨਹੀਂ। ਇਹ ਚੀਜ਼ ਦਾ ਧਿਆਨ ਰੱਖੋਗੇ ਤਾਂ ਗੁੜ ਵਾਲੀਆਂ ਜਿਹੜੀਆਂ ਆਟੇ ਦੀਆਂ ਪਿੰਨੀਆਂ ਜਿੱਦਾਂ ਬਣਾਈਆਂ ਆਪਾਂ, ਬਹੁਤ ਵਧੀਆ ਬਣ ਕੇ ਤਿਆਰ ਹੋਊਗੀਆਂ। ਇਸੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਬਣਾ ਕੇ ਖਾਇਓ। ਵੀਡੀਓ ਨੂੰ ਪਲੀਜ਼ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਚੈਨਲ 'ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖਦੇ ਪਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।